hello students welcome to chemistry and so bete aaj apna session 23 24 de accordingly jo apna electrochemistry chapter de vichon di marks distribution board valon aayi hai usne anusar assi pehla eh samajhna hai ki taiyari is chapter de vichon karni kis tarah di ਸੋ ਬੇਟਾ ਆਪਾਂ ਨੂੰ ਸਭ ਤੋਂ ਪਹਿਲਾਂ ਦੋ ਐਮਸੀਕਿਊਸ ਪੁੱਛੇ ਜਾਣਗੇ ਇੱਕ ਨਿਊਮੈਰਿਕਲ ਬੇਸਡ ਹੋਏਗਾ ਇੱਕ ਥਿਊਰੀ ਬੇਸਡ ਹੋਏਗਾ ਸੋ ਇਹ ਆਪਾਂ ਨੂੰ ਦਵਾਂਗੇ ਬੇਟਾ ਜੀ 2 ਮਾਰਕਸ ਫਿਰ ਇੱਕ ਟਰੂ ਫਾਲਸ ਹੋਏਗਾ ਬੇਟਾ ਜਿਹੜਾ ਇੱਕ ਨੰਬਰ ਦੀ ਵੇਟੇਜ ਕੈਰੀ ਕਰੇਗਾ ਥੈਨ ਇੱਕ ਨਿਊਮੈਰਿਕਲ ਸੋਲਵ ਕਰਕੇ ਦਿਖਾਣਾ ਹੋਏਗਾ ਇਹ 2 ਮਾਰਕਸ ਦਾ ਹੋਏਗਾ ਤੇ ਇੱਕ ਨਿਊਮੈਰਿਕਲ ਜਿੰਦੇ ਚ ਤੁਹਾਨੂੰ ਆਈਦਰ অর ਚੋਇਸ ਮਿਲੇਗੀ इंटरनल चॉइस ਹੋਏਗੀ ਇਹ 3 ਮਾਰਕਸ ਦਾ ਹੋਏਗਾ ਸੋ ਕੁੱਲ ਮਿਲਾ ਕੇ ਬੇਟੇ ਆਪਾਂ ਨੂੰ ਇਲੈਕਟ੍ਰੋਕੈਮਿਸਟਰੀ ਚੈਪਟਰ ਦੇ ਵਿੱਚੋਂ ਦੀ 8 ਮਾਰਕਸ حاصل ਕਰਨ ਦਾ ਮੌਕਾ ਮਿਲੇਗਾ ਬੇਟਾ ਸਭ ਤੋਂ ਇੰਪੋਰਟੈਂਟ ਚੀਜ਼ ਕੀ ਹੈ ਕਿ ਇਸ ਪੈਟਰਨ ਦੇ ਅਕੋਰਡਿੰਗਲੀ ਆਪਾਂ ਨੂੰ ਥਿਊਰੀ ਤੇ ਧਿਆਨ ਤਾਂ ਦੇਣਾ ਬਟ ਥਿਊਰੀ ਕੁਐਸ਼ਨਸ 'ਚ ਐਨੀ ਜ਼ਿਆਦਾ ਰੱਟੇ ਮਾਰਨ ਦੀ ਲੋੜ ਨਹੀਂ ਹੈ ਕਿਉਂਕਿ ਡਾਇਰੈਕਟ ਕੋਈ ਵੀ ਥਿਉਰੀ ਕੁਐਸਚਨ ਤੁਹਾਨੂੰ ਨਹੀਂ ਪੁੱਛਿਆ ਜਾਣਾ ਇੱਕ ਟਰੂ ਫਾਲਸ ਚ ਹੋਏਗਾ ਤੇ ਇੱਕ ਐਮਸੀਕਿਊਸ ਚ ਹੋਏਗਾ ਠੀਕ ਹੈ ਸੋ ਜਿਵੇਂ ਡੈਰੀਵੇਸ਼ਨਸ ਵਗੈਰਾ ਤੇ ਰੱਟੇ ਮਾਰਨ ਦੀ ਲੋੜ ਨਹੀਂ ਹੈ ਇੰਪੋਰਟੈਂਟ ਫਾਰਮੂਲੇ ਯਾਦ ਕਰੋ ਸੈਲਜ਼ ਯਾਦ ਕਰੋ ਕਿ ਆ ਵਿਟੇ ਤੁਹਾਡੇ ਸਾਹਮਣੇ ਦਿੱਤੇ ਹੋਏ ਆ ਕੁਇਕ ਰਿਵਿਊ ਵਾਸਤੇ ਕੁਝ ਪੁਆਇੰਟਸ ਵੀਡੀਓ ਨੂੰ ਤੁਸੀਂ ਇਹਨਾਂ ਪੁਆਇੰਟਸ ਤੇ ਪਾਜ਼ ਕਰਕੇ ਦੇਖ ਸਕਦੇ ਹੋ ਪੜ੍ਹ ਸਕਦੇ ਹੋ ਤੇ ਇਹਨਾਂ ਦੀ ਪੀਡੀਐਫ ਬੇਟੇ ਮੈਂ ਡਿਸਕ੍ਰਿਪਸ਼ਨ ਬਾਕਸ ਚ ਜ਼ਰੂਰ ਦੇ ਦੂੰਗੀ ਤੇ ਉਥੋਂ ਦੀ ਵੀ ਤੁਸੀਂ ਪ੍ਰਿੰਟ ਆਊਟ ਨਿਕਲਵਾ ਸਕਦੇ ਹੋ ਇਹ ਸਿੰਪਲ ਜਿਹੜੇ ਆਪਾਂ ਟਿਪਸ ਯਾਦ ਰੱਖਣੇ ਇਸ ਚੈਪਟਰ ਦੇ ਵਿੱਚੋਂ ਦੀ ਉਹ ਗੱਲਾਂ ਇੱਥੇ ਬੇਟੇ ਇੰਪੋਰਟੈਂਟ ਫਾਰਮੂਲੇ ਤੁਹਾਡੇ ਨਾਲ ਸ਼ੇਅਰ ਕੀਤੇ ਜਾ ਰਹੇ ਹਨ ਸੋ ਜਿਵੇਂ ਯੂਨਿਟਸ ਵਗੈਰਾ ਇੱਥੇ ਨਾਲ ਦਿੱਤੇ ਹੋਏ ਹਨ ਤੁਸੀਂ ਉਹਨਾਂ ਨੂੰ ਇਗਨੋਰ ਨਹੀਂ ਕਰਨਾ ਬੇਟੇ ਇਹ ਉਹ ਚੀਜ਼ ਹੈ ਜਿਹੜੀਆਂ ਕਟੂਕਟ ਤੁਸੀਂ ਲਰਨ ਕਰਨੀਆਂ ਹੀ ਕਰਨੀਆਂ ਸੋ ਇੱਥੇ ਹੁਣ ਤੁਹਾਡੇ ਸਾਹਮਣੇ ਬੇਟੇ ਸਕਰੀਨ ਤੇ ਮਲਟੀਪਲ ਚੁਆਇਸ ਕੁਐਸਚਨਸ ਸ਼ੁਰੂ ਹੋ ਰਹੇ ਹਨ ਸੋ ਮਲਟੀਪਲ ਚੁਆਇਸ ਕੁਐਸਚਨਸ ਨੂੰ ਬੇਟੇ ਤੁਸੀਂ ਸਕਰੀਨ ਤੇ ਵੀਡੀਓ ਪਾਜ਼ ਕਰ ਕਰਕੇ ਸੋਲਵ ਕਰਨ ਦੀ ਕੋਸ਼ਿਸ਼ ਕਰੋ ਤੇ ਇਸ ਮਲਟੀਪਲ ਚੁਆਇਸ ਕੁਐਸਚਨ ਦੇ ਸੀਕੁਐਂਸ ਦੇ ਬਾਅਦ ਬੇਟੇ ਤੁਹਾਡੇ ਸਾਹਮਣੇ ਸਕਰੀਨ ਤੇ ਜੋ ਸ਼ੇਅਰ ਕੀਤਾ ਜਾ ਰਿਹਾ ਹੈ that is answers ਬੇਟੇ ਕੁਝ ਸਵਾਲਾਂ ਦੇ ਇੱਥੇ ਹਿੰਟਸ ਜਿਹੜੇ ਹਨ ਉਹ ਵੀ ਡਿਸਕਸ ਕੀਤੇ ਗਏ ਇਸ ਦੇ ਬਾਅਦ ਬੇਟੇ ਨੰਮਰਿਕਲ ਕੁਐਸਚਨਸ ਜਿਹੜੇ ਆ ਉਹ ਵਿਦ ਅਨਸਰ ਤੁਹਾਡੇ ਨਾਲ ਇੱਥੇ ਮੈਂ ਸ਼ੇਅਰ ਕਰ ਰਹੀ ਹਾਂ ਕਿ ਜੇ ਦਿੱਤਾ ਗਿਆ ਸਵਾਲ ਪਹਿਲੇ ਤੁਸੀਂ ਉਹਦੀ ਸਟੇਟਮੈਂਟ ਪੜੋ ਆਪ ਹੱਲ ਕਰਨ ਦੀ ਕੋਸ਼ਿਸ਼ ਕਰੋ ਫੇਰ ਜੇ ਤੁਹਾਡੇ ਕੋਲੋਂ ਨਹੀਂ ਬਿٹے ਸੋਲਵ ਹੋ ਰਿਆ ਤਾਂ ਤੁਸੀਂ ਇਹਦਾ ਆਨਸਰ ਸੋਲਵ ਕੀਤਾ ਹੋਇਆ ਇੱਥੋਂ ਦੀ ਸਮਝ ਸਕਦੇ ਹੋ ਵੀ ਇਹ ਆਨਸਰ ਕਿਵੇਂ ਆਇਆ ਠੀਕ ਹੈ ਸੋ ਪੀਡੀਐਫ ਦੇ ਵਿੱਚ ਬਿٹے ਤੁਹਾਨੂੰ ਇਹ ਕੰਪਲੀਟ ਸਾਰੇ ਕੁਐਸਚਨ ਜਿਹੜੇ ਐ ਉਹ ਮਿਲ ਜਾਣਗੇ ਪ੍ਰੈਕਟਿਸ ਅੱਛੇ ਤਰੀਕੇ ਨਾਲ ਕਰੋ ਬਿਕਾਜ਼ ਬਿٹے ਜਿਹੜੇ ਮਾਰਕਸ ਐ ਆਪਾਂ ਨੂੰ 8 ਔਨ 8 ਲੈਣੇ ਇਸ ਚੈਪਟਰ ਚ ਕੋਈ ਮੁਸ਼ਕਿਲ ਨਹੀਂ ਹੈ ਕੁਝ ਬੱਚਿਆਂ ਨੂੰ ਲੌਗ ਲੈਣ ਦੇ ਵਿੱਚ ਦਿੱਕਤ ਮਹਿਸੂਸ ਹੁੰਦੀ ਹੈ ਸੋ ਇੱਕ ਵੀਡੀਓ ਲੌਗ ਕਿਵੇਂ ਲੈਣਾ ਹੈ ਉਹਦੇ ਤੇ ਵੀ ਬਣਾਇਆ ਹੋਇਆ ਹੈ ਉਹ ਵੀ ਦੇਖ ਲਿਓ ਬੇਟਾ ਜੇ ਤੁਹਾਨੂੰ ਕਿਤੇ ਲੌਗ ਲੈਣ ਦੇ ਵਿੱਚ ਦਿੱਕਤ ਆਉਂਦੀ ਹੈ ਸੋ ਇਸ ਤੋਂ ਇਲਾਵਾ ਬੇਟੇ ਕੱਲੇ ਐਮਸੀਕਿਊਜ਼ ਦੇ ਪ੍ਰੈਕਟਿਸ ਮਟੀਰੀਅਲ ਦੇ ਲਈ ਵੀ ਵੀਡੀਓ ਬਣਿਆ ਹੋਇਆ ਹੈ ਉੱਥੋਂ ਦੀ ਤੁਸੀਂ ਪ੍ਰੈਕਟਿਸ ਮਟੀਰੀਅਲ ਲੈ ਸਕਦੇ ਹੋ ਜਿੰਦੀ ਹੈਲਪ ਦੇ ਨਾਲ ਤੁਹਾਨੂੰ ਐਮਸੀਕਿਊਜ਼ ਦੀ ਪ੍ਰੈਕਟਿਸ ਕਰਨੀ ਸੌਖੀ ਹੋ ਜਾਏਗੀ ਪਿਛਲੇ ਸਾਲ ਦਾ ਜਿਹੜਾ ਬਾਉਂਸ ਬੈਕ ਸੀਰੀਜ਼ ਸੀ ਜਾਂ ਬੂਸਟ ਯਰ ਕੌਨਫੀਡੈਂਸ ਸੀਰੀਜ਼ ਸੀ ਉਹਨਾਂ ਦੇ ਵਿੱਚ ਵੀ ਇਲੈਕਟ੍ਰੋਕੈਮਿਸਟਰੀ ਚੈਪਟਰ ਬੇਟਾ ਡਿਸਕਸ ਕੀਤਾ ਗਿਆ ਹੈ ਉੱਥੋਂ ਦੀ ਲਾਈਵ ਲੈਕਚਰਸ ਦੇ ਵਿੱਚੋਂ ਦੀ ਵੀ ਤੁਹਾਨੂੰ ਹੈਲਪ ਮਿਲ ਸਕਦੀ ਹੈ ਬੇਟਾ ਜੀ ਸੋ ਮਟੀਰੀਅਲ ਇਸ ਚੈਨਲ ਤੇ ਕਾਫੀ ਪਿਆ ਹੋਇਆ ਬੇਟਾ ਸਿਰਫ ਤੁਸੀਂ ਪ੍ਰੈਕਟਿਸ ਕਰਨ ਵਾਲੇ ਬਣੋ ਮੈਕਸਿਮਮ ਜਿੰਨੀ ਪ੍ਰੈਕਟਿਸ ਕਰੋਗੇ ਬੇਟੇ ਤੁਹਾਡੇ ਬਾਇਮੰਥਲੀ ਐਗਜ਼ਾਮ ਦੇ ਵਿੱਚ ਵੀ ਤੁਹਾਨੂੰ ਉਨੀ ਹੀ ਹੈਲਪ ਹੋਏਗੀ ਤੇ ਨਾਲ ਦੀ ਨਾਲ ਫਾਈਨਲ ਦੇ ਲਈ ਵੀ ਬੇਟੇ ਆਪਣਾ ਚੈਪਟਰ ਜਿਹੜਾ ਹੈ ਤਿਆਰ ਹੋ ਜਾਏਗਾ ਸੋ ਆਈ ਵਿਸ਼ ਕਿ ਤੁਹਾਡੇ ਸਾਰਿਆਂ ਦੇ ਬੇਟਾ ਬਾਇਮੰਥਲੀ ਦੇ ਵਿੱਚ ਵੀ ਤੇ ਫਰਦਰ ਫਾਈਨਲਸ ਦੇ ਵਿੱਚ ਵੀ ਫੁੱਲ ਮਾਰਕਸ ਆਨ ਤੇ ਤੁਸੀਂ ਸਾਰੇ ਹੀ ਆਪਣੇ ਆਪਣੇ ਸਕੂਲ ਦਾ ਨਾਮ ਰੌਸ਼ਨ ਕਰੋ ਸੋ 올 ది ਵੈਰੀ ਬੈਸਟ ਬੇਟਾ ਪ੍ਰੈਕਟਿਸ ਜ਼ਰੂਰ ਕਰੋ ਥੈਂਕਸ ਫॉर ਵਾਚਿੰਗ